ਹਾਂਜੀ ਬੇਟਾ, ਸਵਾਗਤ ਹੈ ਇੱਕ ਵਾਰ ਫਿਰ ਤੁਹਾਡਾ ਤੁਹਾਡੇ ਆਪਣੇ ਇਸ ਐਜੂਕੇਸ਼ਨਲ ਯੂਟਿਊਬ ਚੈਨਲ 'ਤੇ। ਅੱਜ ਦੀ ਵੀਡੀਓ ਦੇ ਵਿੱਚ ਜੋ ਤੁਹਾਡਾ ਅੱਜ ਬੇਟਾ 8ਵੀਂ ਜਮਾਤ ਦੇ ਲਈ ਇੰਗਲਿਸ਼ ਦਾ ਪੇਪਰ ਹੋਏਗਾ, ਉਸ ਦੇ ਆਪਾਂ ਸਹੀ ਆਂਸਰ ਜਾਣਾਂਗੇ। ਤੁਸੀਂ ਇਸ ਆਂਸਰ ਕੀ ਨੂੰ ਆਪਣੇ ਉੱਤਰਾਂ ਨਾਲ ਮਿਲਾ ਲਿਓ, ਆਂਸਰਸ ਨਾਲ ਮਿਲਾ ਲਿਓ, ਤਾਂ ਜੋ ਤੁਹਾਨੂੰ ਪਤਾ ਲੱਗ ਜਾਏ ਕਿੰਨੇ ਅੰਕ ਤੁਹਾਡੇ ਇਸ ਪੇਪਰ ਦੇ ਵਿੱਚੋਂ ਬਣਨੇ ਹੈਗੇ। ਮੈਂ ਸਿਰਫ ਤੁਹਾਨੂੰ ਜਿਹੜੇ ਰਾਈਟ ਆਂਸਰਸ ਹੈ ਉਹ ਟਿਕ ਕਰਾਵਾਂਗਾ। ਫਸਟ ਕੁਐਸਚਨ ਦੇ ਲਈ ਆਪਣਾ ਸੈਕਿੰਡ ਆਂਸਰ ਠੀਕ ਸੀ ਬੇਟਾ, ਇਟ ਇਜ਼ ਵੈਲਿਊਡ ਐਂਡ ਕੰਸੀਡਰਡ ਇੰਪੋਰਟੈਂਟ। How is regular attendance like a key in the passage? ਹਾਂਜੀ, ਇਹਦੇ ਲਈ ਬੇਟਾ ਆਪਣੇ ਕੋਲ ਏ ਆਪਸ਼ਨ ਸੀ ਸੀ, ਇਟ ਓਪਨਸ ਡੋਰਸ ਟੂ ਆ ਬ੍ਰਾਈਟਰ ਫਿਊਚਰ। ਥਰਡ ਕੁਐਸਚਨ ਸੀ, ਵਾਈ ਇਜ਼ ਰੈਗੂਲਰ ਅਟੈਂਡੈਂਸ ਇੰਪੋਰਟੈਂਟ ਫੋਰ ਸਟੂਡੈਂਟਸ ਅਕੋਰਡਿੰਗ ਟੂ ਦਾ ਪੈਸੇਜ। ਇਹਦੇ ਲਈ ਆਪਣੇ ਕੋਲ ਸੀ ਆਪਸ਼ਨ ਠੀਕ ਸੀ ਬੇਟਾ, ਇਟ ਪ੍ਰੋਵਾਈਡਸ ਮੋਰ ਓਪਰਚੁਨਿਟੀਜ਼ ਟੂ ਲਰਨ ਐਂਡ ਗਰੋ। ਫੋਰਥ ਕੁਐਸਚਨ ਸੀ, ਅਕੋਰਡਿੰਗ ਟੂ ਦਾ ਪੈਸੇਜ ਵਟ ਡਜ਼ ਰੈਗੂਲਰ ਅਟੈਂਡੈਂਸ ਸ਼ੋ ਰਿਸਪੈਕਟ ਫੋਰ ਲਰਨਿੰਗ। ਇਹ ਆਪਸ਼ਨ ਸਹੀ ਸੀ ਇਹਦੇ ਲਈ। ਨੈਕਸਟ ਫਿਫਥ ਕੁਐਸਚਨ ਸੀ, ਵਟ ਡੂ ਸਟੂਡੈਂਟਸ ਗੇਨ ਫਰੋਮ ਅਟੈਂਡਿੰਗ ਸਕੂਲ ਰੈਗੂਲਰਲੀ ਐਜ਼ ਮੈਂਸ਼ਨਡ ਇਨ ਦਾ ਪੈਸੇਜ। ਇਹਦੇ ਲਈ ਸੀ ਆਪਸ਼ਨ ਸਹੀ ਸੀ, ਦੇ ਗੇਨ ਕੋਨਫੀਡੈਂਸ ਇਨ ਦੇਅਰ ਅਬਿਲਿਟੀਜ਼ ਐਂਡ ਡੂ ਬੈਟਰ ਇਨ ਐਗਜ਼ਾਮ। ਨੈਕਸਟ ਬੇਟਾ ਜਿਹੜਾ ਪੈਸੇਜ ਸੀ ਇਹਦੇ ਵਿੱਚੋਂ, ਫਸਟ ਕੁਐਸਚਨ ਸੀ, ਵਟ ਇਜ਼ ਵਨ ਆਫ ਦਾ ਮੇਨ ਬੈਨੀਫਿਟ ਆਫ ਰੀਸਾਈਕਲਿੰਗ ਮੈਂਸ਼ਨਡ ਇਨ ਦਾ ਪੋਸਟਰ। ਬੀ ਆਪਸ਼ਨ ਸਹੀ ਸੀ, ਰਿਡਿਊਸਿੰਗ ਪੋਲਿਊਸ਼ਨਸ ਐਂਡ ਇਨਵਾਇਰਮੈਂਟਲ ਡੈਮੇਜ। ਸੈਕਿੰਡ, ਅਕੋਰਡਿੰਗ ਟੂ ਦਾ ਪੋਸਟਰ, ਵਟ ਸ਼ੁੱਡ ਯੂ ਡੂ ਵਿਦ ਯੂਅਰ ਸਮਾਲ ਟ੍ਰੈਸ਼ ਟੂ ਮੈਂਟੇਨ ਐਨ ਈਕੋ ਲਾਈਫ ਸਟਾਈਲ ਪੋਕੇਟ ਇਟ। ਬੀ ਆਪਸ਼ਨ ਸਹੀ ਸੀ। ਥਰਡ, ਵਟ ਐਕਸ਼ਨ ਇਜ਼ ਰੈਕਮੈਂਡਡ ਟੂ ਕੰਜ਼ਰਵ ਐਨਰਜੀ ਇਨ ਦਾ ਪੋਸਟਰ। ਇਹਦੇ ਲਈ ਬੇਟਾ ਆਪਣੇ ਕੋਲ ਬੀ ਆਪਸ਼ਨ ਸਹੀ ਸੀ, ਵੀ ਟਰਨ ਦਾ ਸਵਿੱਚ ਆਫ ਵੈਨ ਨੋਟ ਇਨ ਯੂਜ਼। ਫੋਰਥ, ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਮੈਂਸ਼ਨਡ ਐਜ਼ ਅ ਵੇ ਟੂ ਮੈਂਟੇਨ ਐਨ ਈਕੋ ਲਾਈਫ ਸਟਾਈਲ ਇਨ ਦਾ ਪੋਸਟਰ। ਹਾਂਜੀ, ਇਸ ਪੋਸਟਰ ਦੇ ਵਿੱਚ ਕਿਤੇ ਵੀ ਪਲਾਂਟਿੰਗ ਟ੍ਰੀਜ਼ ਦੀ ਗੱਲ ਨਹੀਂ ਹੋਈ। ਫਿਫਥ ਕੁਐਸਚਨ ਸੀ, ਵਟ ਡਜ਼ ਦਾ ਟਰਮ ਕੰਜ਼ਰਵ ਮੀਨਸ ਇਨ ਦਾ ਕੰਟੈਕਸਟ ਆਫ ਦਾ ਪੋਸਟਰ, ਟੂ ਪ੍ਰਿਜ਼ਰਵ ਐਂਡ ਪ੍ਰੋਟੈਕਟ ਰਿਸੋਰਸ ਬਾਈ ਯੂਜਿੰਗ ਦੈਮ ਵਾਈਜ਼ਲੀ। ਨੈਕਸਟ ਬੇਟਾ ਆਪਣੇ ਕੋਲ ਡਾਇਗਲੋਗ ਦੇ ਵਿੱਚੋਂ ਕੁਐਸਚਨ ਸੀ, ਵਟ ਇਜ਼ ਰੋਹਨਸ ਰੀਜ਼ਨ ਫੋਰ ਗੋਇੰਗ ਟੂ ਹਿਜ਼ ਹੋਮ ਟਾਊਨ, ਹੀ ਮਿਸਿਸ ਹਿਜ਼ ਫੈਮਿਲੀ। ਬੀ ਸਹੀ ਸੀ। ਹਾਊ ਇਜ਼ ਐਵਰੀਵਨਸ ਹੈਲਥ ਐਟ ਰੋਹਨਸ ਹੋਮ, ਹਾਂਜੀ ਨੋ ਮੇਜਰ ਹੈਲਥ ਇਸ਼ੂਜ਼। ਵੈਨ ਇਜ਼ ਰੋਹਨਸ ਬੱਸ ਸਪੋਜ਼ ਟੂ ਅਰਾਈਵ ਇਨ 20 ਮਿੰਟਸ। ਫੋਰਥ ਕੁਐਸਚਨ ਸੀ, ਵਟ ਡਜ਼ ਸੋਹਨ ਵਿਸ਼ ਰੋਹਨ ਬਿਫੋਰ ਹੀ ਲੀਵਸ, ਸੇਫ ਐਂਡ ਪਲੀਜੈਂਟ ਜਰਨੀ। ਵਟ ਡਜ਼ ਰੋਹਨ ਪਲਾਨ ਟੂ ਡਿਊਰਿੰਗ ਹਿਸ ਟ੍ਰਿਪ, ਹਾਂਜੀ ਰਿਲੈਕਸ ਐਂਡ ਮੀਟ ਹਿਜ ਫੈਮਿਲੀ। ਲਿਟਰੇਚਰ ਦੇ ਵਿੱਚ ਕੁਐਸਚਨ ਸੀ, ਸੌਖੇ ਸੀ, ਉਮੀਦ ਹੈ ਤੁਸੀਂ ਵਧੀਆ ਕਰਕੇ ਆਏ ਹੋਵੋਗੇ। ਮੈਲੇਡੀਸ ਹੁੰਦਾ ਗਾ ਮਦਰ, ਓਨਰ ਹੁੰਦਾ ਹੈਗਾ ਆਪਣੇ ਕੋਲ ਮਾਲਕ, ਸੇਫਟੀ ਸੁਰੱਖਿਆ, ਕਲਾਈਂਬ ਚੜ੍ਹਨਾ, ਸਪਾਈ ਜਾਸੂਸ, ਅਨੋਇਡ ਗੁੱਸੇ ਹੋਣਾ। ਗੀਤਾ ਹੈਡ ਗੋਨ ਅਬਰੋਡ ਆਫਟਰ ਹਿਜ ਆਫਟਰ ਮੈਰਿਜ। ਦ ਏਜੰਸੀ ਟ੍ਰੇਨਡ ਪਰਮਜੀਤ ਇਨ ਕੰਪਿਊਟਰ ਐਂਡ ਇੰਟਰਨੈਟ। ਹਾਂਜੀ, ਨੈਕਸਟ ਇਹਨਾਂ ਨੂੰ ਤੁਸੀਂ ਸੈਂਟੈਂਸਿਸ ਦੇ ਵਿੱਚ ਕਨਵਰਟ ਕਰਨਾ ਸੀ, ਵੀ ਈਜ਼ੀ ਸੀ, ਤੇ ਉਮੀਦ ਕਰਕੇ ਆਏ ਹੋਵੋਗੇ। ਨੈਕਸਟ ਆਪਣੇ ਕੋਲ ਜਿਹੜੀ ਪੋਇਮ ਸੀ, ਵੀ ਪੋਇਮ ਦਾ ਬੇਟਾ ਆਪਣੇ ਕੋਲ ਨਾਮ ਹੈ ਵੀ ਹੂ ਲਵਸ ਬੁੱਕਸ। ਵੀ ਹੂ ਲਵਸ ਬੁੱਕਸ, ਪੋਇਟ ਨੇਮ ਸੀ ਵੀ ਰਸਕਿਨ ਬੌਂਡ।
ਠੀਕ। ਸੈਕਿੰਡ ਸੀ, ਦ ਪੋਇਟ ਡਜ਼ ਨੋਟ ਵਾਂਟ ਟੂ ਪਾਰਟ ਵਿਦ ਸਮ ਬੁੱਕਸ, ਵੇਅਰ ਡਜ਼ ਹੀ ਕੈਪਟ। ਹਾਂਜੀ, ਕਿੱਥੇ ਕੈਪਟ ਕਰਦਾ ਸੀ ਇਹਨਾਂ ਨੂੰ? ਸ਼ੈਲਬਸ ਦੇ ਵਿੱਚ। ਵਟ ਇਜ਼ ਦ ਕੰਡੀਸ਼ਨ ਆਫ ਬੁੱਕਸ? ਹਾਂਜੀ, ਬੁੱਕਸ ਕੀ ਸੀ? ਓਲਡ ਐਂਡ ਵੋਰਨ ਐਂਡ ਟੋਰਨ। ਨੈਕਸਟ ਕੌਨ ਸਾ ਆਂਸਰ ਸੀ? ਗ੍ਰੈਮਰ ਸੀ ਆਪਣੇ ਕੋਲ ਵੀ, ਐਗਜ਼ਿਟ। ਐਗਜ਼ਿਟ ਦਾ ਐਂਟੋਨੀਅਮ ਕੀ ਆ ਜਾਏਗਾ ਬੇਟਾ? ਐਂਟਰ। ਠੀਕ ਹੈ। ਆਰਡਰ ਦਾ ਕੀ ਆ ਜਾਏਗਾ ਵੀ? ਰਿਕੁਐਸਟ। ਠੀਕ। ਵਨ ਹੂ ਪ੍ਰੈਕਟਿਸ ਵਨ ਆਫ ਦਾ ਫਾਈਨ ਆਰਟਸ ਐਨ ਆਰਟਿਸਟ, ਐਨ ਆਰਟਿਸਟ। ਐਕਟ ਦਾ ਸਫਿਕਸ ਕੀ ਬਣਾਵਾਂਗੇ ਵੀ? ਐਕਸ਼ਨ। ਠੀਕ ਹੈ। ਹੋਰ ਕੀ ਬਣ ਸਕਦਾ ਗਾ? ਐਕਟਰ। ਸਕੈਨ ਦਾ ਕੀ ਬਣ ਜਾਏਗਾ ਵੀ? ਸਕੈਨਰੀ, ਸੀਨਰੀ, ਹੈ ਨਾ। ਹਾਂਜੀ, ਹੈਪੀ ਦਾ ਕੀ ਬਣ ਜਾਏਗਾ ਵੀ? ਹੈਪੀਲੀ। ਠੀਕ ਹੈ। ਅਤੇ ਬਿਜ਼ੀ ਦਾ ਕੀ ਬਣ ਜਾਏਗਾ ਵੀ? ਬਿਜ਼ੀਲੀ। ਹਾਂਜੀ, ਟਰਾਈ ਦਾ ਕੀ ਬਣ ਜਾਏਗਾ ਬੇਟਾ? ਟਰਾਇਲ। ਠੀਕ ਹੈ। ਅਤੇ ਡਿਸਾਈਡ ਦਾ ਬਣ ਜਾਏਗਾ ਆਪਣੇ ਕੋਲ? ਡਿਸੀਜ਼ਨ। ਨੈਕਸਟ ਪ੍ਰੀਪੇਅਰ। ਠੀਕ ਹੈ। ਇਹਨਾਂ ਨੂੰ ਆਪਾਂ ਜਿਵੇਂ ਏ ਵਾਲਾ ਫਸਟ 'ਤੇ ਆ ਜਾਏਗਾ, ਡੀ ਵਾਲਾ ਸੈਕਿੰਡ 'ਤੇ, ਪੀ ਵਾਲਾ 3 'ਤੇ, ਅਤੇ ਵੈਲਿਊ ਵਾਲਾ 4 'ਤੇ। ਇਹਨਾਂ ਨੂੰ ਐਵੇਂ ਤੁਸੀਂ ਲਿਖਣਾ ਸੀ ਅਕੋਰਡਿੰਗ ਟੂ ਡਿਕਸ਼ਨਰੀ। ਨੈਕਸਟ ਬੇਟਾ, ਸ਼ਟ ਦਾ ਡੋਰ। ਇਹ ਆਪਣੇ ਕੋਲ ਕੀ ਹੈ ਵੀ? ਇੰਪੈਰੇਟਿਵ ਹੈ ਬੇਟਾ ਇਹ। ਠੀਕ। ਆਰ ਯੂ ਔਨ ਲੀਵ ਟੂਡੇ, ਇਹਦਾ ਕੀ ਬਣਨਾ ਸੀ? ਯੂ ਤੋਂ ਬਾਅਦ ਕੀ ਲੱਗਣਾ? ਯੂ ਆਰ ਔਨ ਲੀਵ ਟੂਡੇ, ਪਿੱਛੇ ਸਾਈਨ ਆਫ ਇੰਟੈਰੋਗੇਸ਼ਨ ਕੱਟ ਕੇ ਫੁੱਲ ਸਟੋਪ ਲਗਾ ਦੇਣਾ ਸੀ। ਹਾਂਜੀ, ਇਹਦੇ ਵਿੱਚ ਆਪਾਂ ਨੇ ਪ੍ਰੋਨਾਊਨ ਛੱਡਣਾ ਸੀ ਬੇਟਾ। ਪ੍ਰੋਨਾਊਨ ਆਪਣੇ ਕੋਲ ਕੀ ਸੀ ਵੀ? ਸ਼ੀ। ਫਿਲ ਇਨ ਦਾ ਬਲੈਂਕ। ਠੀਕ ਹੈ। ਆਈ ਵਿਲ ਮੀਟ ਹਰ ਡੈਸ਼ ਐਟ 9 o'clock। ਹਾਂਜੀ, ਦ ਕਾਰ ਨੀਡਸ ਅ ਨਿਊ ਬੈਂਟਰੀ, ਕੀ ਹੈ ਬੇਟਾ ਇਹ? ਟਰਾਂਜ਼ੀਟਿਵ ਹੈ ਵੀ। ਠੀਕ ਹੈ। ਨੈਕਸਟ ਲੌਂਗ ਦਾ ਕੀ ਬਣ ਜਾਣਾ ਸੀ ਵੀ? ਲੌਂਗਰ। ਥਰਡ ਬਣ ਜਾਣਾ ਸੀ ਆਪਣੇ ਕੋਲ ਲੌਂਗੈਸਟ, ਸੁਪਰਲੇਟਿਵ ਡਿਗਰੀ। ਫਨੀ ਦਾ ਕੀ ਬਣ ਜਾਣਾ ਸੀ ਵੀ? ਫਨੀਅਰ। ਇਸ ਤੋਂ ਬਾਅਦ ਥਰਡ ਫਨੀਐਸਟ। ਨੈਕਸਟ ਵੀ ਟੂ ਇਨਫਿਨਿਟਿਵ ਲੱਗਣਾ ਸੀ, ਵੀ ਫੇਲ ਟੂ ਕੈਚ ਦਾ ਟ੍ਰੇਨ। ਦਿਸ ਇਜ਼ ਵਨ ਆਫ ਦਾ ਮੋਸਟ ਡਿਫੀਕਲਟ ਲੈਸਨਸ ਦੈਟ ਹੈਜ਼ ਬੀਨ ਟੋਟ। ਹਾਂਜੀ, ਨੈਕਸਟ। ਠੀਕ ਹੈ। ਇਹਦਾ ਬਣ ਜਾਣਾ ਸੀ ਫਲੋਸ। ਫਿਲ ਇਨ ਦਾ ਬਲੈਂਕ ਵਿਦ ਦ ਸੂਟੇਬਲ ਡਿਟਰਮੀਨਰ, ਲੁੱਕ ਆਊਟ ਆਫ ਦਾ ਵਿੰਡੋ ਫੋਰ ਅ ਮਿਨਟ, ਚੇਂਜ ਦਾ ਫੋਲੋਇੰਗ ਨੈਗੇਟਿਵ ਸੈਂਟੈਂਸ ਇਨ ਟੂ ਇਟਸ ਪੋਜ਼ਿਟਿਵ ਫੋਰਮ। ਹਾਂਜੀ, ਡੂ ਨੋਟ ਕੀਪ ਮਾਈ ਬੁੱਕ, ਇਹਨੂੰ ਕੱਟ ਕੇ ਸਿੰਪਲੀ ਬਣ ਜਾਂਦਾ ਕੀਪ ਮਾਈ ਬੁੱਕ। ਚੇਂਜ ਦਾ ਵੋਇਸ, ਹਾਂਜੀ, ਇਹਦਾ ਬਣ ਜਾਣਾ ਸੀ ਬੇਟਾ ਦ ਪਾਰਟੀ ਬਿਲ ਬੀ ਜੁਆਇਨ, ਦਾ ਕੀ ਬਣ ਜਾਣਾ ਸੀ? ਜੁਆਇੰਡ ਬਾਏ ਯੂ। ਠੀਕ। ਨੈਕਸਟ ਐਪਲੀਕੇਸ਼ਨ ਸੌਖੀ ਸੀ ਦੋਨੋਂ ਵੀ। ਪੈਰਾ ਸੀ ਤੁਹਾਨੂੰ ਆਪਣੇ ਕੋਲ ਪੈਰਾਗ੍ਰਾਫ, ਆਵਰ ਸਕੂਲ ਲਾਇਬ੍ਰੇਰੀ, ਦਾ ਮਨੀ ਲੈਂਡ ਰੈਂਡ ਇਸ ਪਰਸ ਆਪਣੇ ਕੋਲ ਸਟੋਰੀ ਸੀ। ਨੈਕਸਟ ਤੁਹਾਡੇ ਕੋਲ ਟਰਾਂਸਲੇਸ਼ਨ ਸੀ ਬੇਟਾ। ਓਪਨ ਯੂਰ ਬੈਗ, ਇਹਦਾ ਹੁਣ ਅਸੀਂ ਆਪਣਾ ਬਸਤਾ ਖੋਲੋ। ਆਈ ਗੋ ਟੂ ਸਕੂਲ ਡੇਲੀ, ਮੈਂ ਰੋਜ਼ਾਨਾ ਸਕੂਲ ਜਾਂਦਾ ਹਾਂ। ਗ੍ਰੈਂਡ ਮਦਰ ਟੋਲਡ ਅ ਗੁੱਡ ਸਟੋਰੀ, ਦਾਦੀ ਮਾਂ ਨੇ ਇੱਕ ਸੁੰਦਰ ਕਹਾਣੀ ਸੁਣਾਈ। ਤੁਸੀਂ ਕਿੱਥੇ ਰਹਿੰਦੇ ਹੋ? ਹਾਂਜੀ, ਵੇਅਰ ਡੂ ਯੂ ਲਾਈਫ।
ਠੀਕ। ਸੈਕਿੰਡ, ਮੈਨੂੰ ਹੁਣ ਸੋਣਾ ਚਾਹੀਦਾ ਹੈ, ਠੀਕ ਹੈ। ਆਈ ਮਸਟ ਗੋ ਟੂ ਸਲੀਪ ਨਾਉ। ਮੇਰੇ ਮਾਤਾ ਪਿਤਾ ਜੀ ਅਧਿਆਪਕ ਹਨ। ਮਾਈ ਪੇਰੈਂਟਸ ਆਰ ਟੀਚਰਸ, ਠੀਕ। ਨੈਕਸਟ, 5 ਮਾਰਕਸ ਤੁਹਾਡੇ ਕੋਲ ਇੱਥੇ ਗੁੱਡ ਹੈਂਡ ਰਾਈਟਿੰਗ ਦੇ ਸੀ। ਪੇਪਰ ਈਜ਼ੀ ਸੀ ਅਤੇ ਉਮੀਦ ਆ ਤੁਹਾਡਾ ਸਾਰਿਆਂ ਦਾ ਬਹੁਤ ਵਧੀਆ ਹੋਏਗਾ ਅਤੇ ਪੇਪਰ ਦੇ ਵਿੱਚ ਵਧੀਆ ਅੰਕ ਆਉਣਗੇ। ਨੈਕਸਟ ਤੁਹਾਡਾ ਹਿੰਦੀ ਦਾ ਪੇਪਰ ਹੈ, ਆਪਣੀ ਉਹਦੀ ਤਿਆਰੀ ਕਰੋ ਤਾਂ ਜੋ ਤੁਸੀਂ ਉਸ ਪੇਪਰ ਦੇ ਵਿੱਚ ਵਧੀਆ ਅੰਕ ਲੈ ਸਕੋ, ਠੀਕ ਹੈ ਬੇਟਾ। ਇਹਦੇ ਵਿੱਚ ਅੰਤ ਦੇ ਵਿੱਚ ਤੁਹਾਨੂੰ ਇੱਕ ਮਾਡਲ ਟੈਸਟ ਪੇਪਰ ਦਿਖਾਈ ਦੇਗਾ, ਇੱਕ ਪ੍ਰੀ ਬੋਰਡ ਪੇਪਰ ਦਾ ਹੱਲ ਆਪਾਂ ਕੀਤਾ ਸੀ, ਉਹ ਦੋਨੇ ਤੁਹਾਨੂੰ ਦਿਖਾਈ ਦੇਣਗੇ, ਤੁਸੀਂ ਦੇਖ ਸਕਦੇ ਹੋਗੇ ਅਤੇ ਆਪਣੀ ਤਿਆਰੀ ਕਰ ਸਕਦੇ, ਠੀਕ ਹੈ ਬੇਟਾ। ਓਕੇ ਜੀ, ਥੈਂਕ ਯੂ।